ਆਪਦੇ ਹੱਕਾਂ ਦੀ ਗੱਲ ਕਰਦੇ ਆ ਖੁਦਮੁਖਤਿਆਰ ਹੋਣ ਦੀ ਗੱਲ ਕਰਦੇ ਆ ਤੇ ਸਾਨੂੰ ਉਸੇ ਟਾਈਮ ਅਤਵਾਦੀ ਵੱਖਵਾਦੀ ਜਾਂ ਕੱਟੜਪੰਥੀ ਕਹਿ ਕੇ ਸਾਨੂੰ ਬਦਨਾਮ ਕਰ ਦਿੱਤਾ ਜਾਂਦਾ ਹੈ ਤਾਮਿਲਨਾਡੂ ਦਾ ਕੋਈ ਐਮਪੀ ਜਦੋਂ ਪਾਰਲੀਮੈਂਟ 'ਚ ਸਪੀਚ ਕਰਦਾ ਨਾ ਤਾਂ ਤਾਮਿਲ 'ਚ ਕਰਦਾ ਉਹਨੂੰ ਕੋਈ ਉਹਦੇ 'ਚ ਕੋਈ ਕੰਪਲੈਕਸ ਨਹੀਂ ਆ ਵੀ ਮੈਂ ਆਪਦੀ ਮਾਤ ਭਾਸ਼ਾ ਚ ਉਥੇ ਆ ਕੇ ਸਪੀਚ ਕਰ ਰਿਹਾ ਕਿਸੇ ਨੂੰ ਸਮਝ ਆਉਂਦੀ ਹੈ ਨਹੀਂ ਆਉਂਦੀ ਆ ਟਰਾਂਸਲੇਟਰ ਬੈਠੇ ਆ ਹਾਲਾਂਕਿ ਸਮਝ ਆ ਜਾਂਦੀ ਆ ਸਾਡਾ ਭਗਵੰਤਮਾਨ ਜਦੋਂ ਸਪੀਚ ਕਰਦਾ ਤਾਂ ਹਿੰਦੀ ਚ ਸ਼ੁਰੂ ਹੋ ਜਾਂਦਾ ਉਥੇ ਦੇਨ ਨੂੰ ਸਾਥ ਆਪਾਂ ਕਾਂਗਰਸ ਦਾ ਵੀ ਦੇ ਸਕਦੇ ਆ ਦੇਨ ਨੂੰ ਸਾਥ ਆਪਾਂ ਅਕਾਲੀ ਦਲ ਬਾਦਲ ਦਾ ਵੀ ਦੇ ਸਕਦੇ ਆ ਜਿਹੜੇ ਆਪਦੇ ਆਪ ਨੂੰ ਤਕੜੇ ਮੰਨਦੇ ਆ ਨਾ ਇੱਥੇ ਤੁਸੀਂ ਦੇਖ ਰਹੇ ਹੋ ਅਜੀਤ ਪਬ ਟੀਵੀ ਤੇ ਮੈਂ ਸੁਖਜਿੰਦਰ ਸਿੰਘ ਝੱਲ ਜਿਸ ਤਰ੍ਹਾਂ ਚੋਣਾਂ ਦਾ ਮਾਹੌਲ ਕਾਫੀ ਗਰਮ ਹੋਇਆ ਹੋਇਆ ਪਿੰਡ-ਪਿੰਡ ਦੇ ਵਿੱਚ ਜਿਹੜੀ ਚੋਣਾਂ ਦੇ ਪੱਖ ਦੇ ਵਿੱਚ ਹਵਾ ਚੱਲ ਰਹੀ ਹੈ ਹਰ ਇੱਕ ਉਮੀਦਵਾਰ ਦੇ ਨਾਲ ਜਿਹੜੇ ਉਹਨਾਂ ਦੇ ਵੋਟਰ ਸਪੋਰਟਰ ਜਿਹੜੇ ਖੜੇ ਦਿਖਾਈ ਦਿੰਦੇ ਨੇ ਸੋ ਅੱਜ ਪਿੰਡ ਝੱਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਹੜੇ ਪ੍ਰਧਾਨ ਨੇ ਉਹ ਹਲਕਾ ਅਮਰਗੜ ਤੋਂ ਇਲੈਕਸ਼ਨ ਲੜ ਰਹੇ ਨੇ ਤੇ ਉਹਨਾਂ ਦੇ ਚੋਣ ਪ੍ਰਚਾਰ ਨੂੰ ਤੇਜ਼ੀ ਦੇਣ ਦੇ ਲਈ ਅੱਜ ਜਿਹੜੇ ਪੰਜਾਬੀ ਫਿਲਮ ਇੰਡਸਟਰੀ ਦੇ ਮਹਾਨ ਅਦਾਕਾਰ ਦੀਪ ਸਿੱਧੂ ਜੀ ਉਹ ਪਹੁੰਚੇ ਹੋਏ ਨੇ ਆ ਉਹਨਾਂ ਨਾਲ ਕੁਝ ਗੱਲਬਾਤ ਕਰਦੇ ਆ ਕਿ ਉਹ ਉਹਨਾਂ ਨੇ ਮਾਨ ਸਾਹਿਬ ਦੇ ਨਾਲ ਹੀ ਪ੍ਰਚਾਰ ਕਰਨ ਦਾ ਜਿਹੜਾ ਰਸਤਾ ਉਹ ਕਿਉਂ ਚੁਣਿਆ ਅ ਸਿੱਧੂ ਜੀ ਅ ਆਪਣੇ ਜਿਸ ਤਰ੍ਹਾਂ ਬਹੁਤ ਲੋਕ ਨੇ ਬਹੁਤ ਲੋਕ ਨੇ ਜਿਹੜੇ ਅ ਅਦਾਕਾਰ ਨੇ ਉਹ ਜਾਂ ਤਾਂ ਤਕੜੇ ਜਿਹੜੇ ਉਮੀਦਵਾਰ ਨੇ ਉਹਨਾਂ ਦੇ ਨਾਲ ਪ੍ਰਚਾਰਤੇ ਆਉਂਦੇ ਆ ਜਾਂ ਖੁਦ ਜਿਹੜੇ ਆਪ ਖੁਦ ਜਿਵੇਂ ਇਸ ਤਰ੍ਹਾਂ ਤੁਹਾਡੇ ਅਦਾਕਾਰ ਨੇ ਜਾਂ ਗਾਇਕ ਨੇ ਉਹ ਖੁਦ ਚੋਣਾਂ ਲੜਨ ਲੱਗੇ ਹੋਏ ਨੇ ਇਹਨਾਂ ਦੋਨਾਂ ਦੀ ਵਜ੍ਹਾਏ ਤੁਸੀਂ ਮਾਨ ਸਾਹਿਬ ਦੇ ਨਾਲ ਪ੍ਰਚਾਰ ਕਰਨ ਦਾ ਰਸਤਾ ਉਹ ਕਿਉਂ ਅਖਤਿਆਰ ਕੀਤਾ ਦੇਖੋ ਜੀ ਇੱਕੋ ਇੱਕ ਆਗੂ ਆ ਜਿਹੜੇ ਸਾਡੀ ਕੌਮੀਅਤ ਦੀ ਗੱਲ ਕਰਦੇ ਆ ਪੰਜਾਬ ਦੀ ਅਸਲੀ ਜਿਹੜੀ ਲੜਾਈ ਆ ਨਾ ਸਾਡੇ ਮਸਲੇ ਆ ਉਹ ਸਾਡੀ ਕੌਮੀਅਤ ਤੋਂ ਅਸੀਂ ਦੂਰ ਹੋ ਰਹੇ ਆ ਇਹ ਸਾਡੀ ਕੌਮੀਅਤ ਸਾਡੇ ਤੋਂ ਦੂਰ ਕੀਤੀ ਜਾ ਰਹੀ ਆ ਜਿਹੜੀ ਸੈਂਟਰ ਸਰਕਾਰ ਇਹ ਲਗਾਤਾਰ ਯਤਨ ਕਰਦੀ ਆ ਇਸ ਕਰਕੇ ਹੀ ਸਾਡੇ ਗਲਾਂ 'ਚ ਪਾਏ ਗਏ ਆ ਜੇ ਅਸੀਂ ਆਪਣੀ ਕੌਮੀਅਤ ਤੇ ਖੜਦੇ ਆ ਤੇ ਆਪਦੇ ਹੱਕਾਂ ਦੀ ਗੱਲ ਕਰਦੇ ਆ ਖੁਦਮੁਖਤਿਆਰ ਹੋਣ ਦੀ ਗੱਲ ਕਰਦੇ ਆ ਤੇ ਸਾਨੂੰ ਉਸੇ ਟਾਈਮ ਅਤਵਾਦੀ ਵੱਖਵਾਦੀ ਜਾਂ ਕੱਟੜਪੰਥੀ ਕਹਿ ਕੇ ਸਾਨੂੰ ਬਦਨਾਮ ਕਰ ਦਿੱਤਾ ਜਾਂਦਾ ਇਸ ਔਰ ਦੇਸ਼ ਦੀ ਏਕਤਾ ਤੇ ਅਖੰਡਤਾ ਤੇ ਹਮਲਾ ਹੋ ਰਿਹਾ ਇਹ ਗੱਲ ਪ੍ਰਚਾਰ ਦਿੱਤੀ ਜਾਂਦੀ ਆ ਜਦੋਂ ਤੱਕ ਅਸੀਂ ਇਹ ਗੱਲ ਨਹੀਂ ਸਮਝਾਂਗੇ ਜਾਂ ਕੋਈ ਵੀ ਇਹਦੀ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਨਾ ਤਾਮਿਲਨਾਡੂ ਦਾ ਕੋਈ ਐਮਪੀ ਜਦੋਂ ਪਾਰਲੀਮੈਂਟ ਚ ਸਪੀਚ ਕਰਦਾ ਨਾ ਤਾਂ ਤਾਮਿਲ ਚ ਕਰਦਾ ਉਹਨੂੰ ਕੋਈ ਉਹਦੇ ਚ ਕੋਈ ਕੰਪਲੈਕਸ ਨਹੀਂ ਆ ਵੀ ਮੈਂ ਆਪਦੀ ਮਾਤ ਭਾਸ਼ਾ ਚ ਉੱਥੇ ਆ ਕੇ ਸਪੀਚ ਕਰ ਰਿਹਾ ਕਿਸੇ ਨੂੰ ਸਮਝ ਆਉਂਦੀ ਆ ਨਹੀਂ ਆਉਂਦੀ ਆ ਟਰਾਂਸਲੇਟਰ ਬੈਠੇ ਆ ਹਾਲਾਂਕਿ ਸਮਝ ਆ ਜਾਂਦੀ ਆ ਸਾਡਾ ਭਗਵੰਤਮਾਨ ਜਦੋਂ ਸਪੀਚ ਕਰਦਾ ਤਾਂ ਹਿੰਦੀ ਚ ਸ਼ੁਰੂ ਹੋ ਜਾਂਦਾ ਉੱਥੇ ਸਾਡੀ ਆਪਦੀ ਕੋਈ ਪਛਾਣ ਆ ਜਿਹੜੀ ਆਪਦਾ ਹੀ ਸਾਡੇ ਕੋਈ ਫਲਸਫੇ ਆ ਸਾਡੀ ਮਾਂ ਬੋਲੀ ਆ ਉਹਨੂੰ ਉੱਥੇ ਐਗਜ਼ਿਸਟ ਹੀ ਨਹੀਂ ਕਰਨ ਦਿੰਦੇ ਜਦੋਂ ਤੱਕ ਤੁਸੀਂ ਆਪਦੀ ਮਾਂ ਬੋਲੀ ਲਈ ਆਪਦੇ ਪਛਾਣ ਲਈ ਆਪਦੀ ਸੱਭਿਆਚਾਰਕ ਹੋਂਦ ਲਈ ਛੋਟੇ ਛੋਟੇ ਪ੍ਰਾਪਤੀਆਂ ਲਈ ਇੱਡੇ ਵੱਡੇ ਵੱਡੇ ਸੰਘਰਸ਼ ਕਰੋਗੇ ਇਹਦਾ ਮਤਲਬ ਇਹ ਆ ਵੀ ਉਹ ਉਦੋਂ ਤੱਕ ਖਤਮ ਨਹੀਂ ਹੋਣੇ ਜਦੋਂ ਤੱਕ ਤੁਸੀਂ ਉਹਨਾਂ ਲੀਡਰਾਂ ਨੂੰ ਸਪੋਰਟ ਨਾ ਕਰੋ ਜਿਹੜੇ ਇਸ ਨੈਰੇਟਿਵ ਦੀ ਗੱਲ ਕਰਦੇ ਆ ਸਾਡੀ ਕੌਮੀਅਤ ਦੀ ਗੱਲ ਕਰਦੇ ਆ ਅੱਜ ਦੇਨ ਨੂੰ ਦਾ ਸਾਥ ਆਪਾਂ ਆਮ ਆਦਮੀ ਪਾਰਟੀ ਦਾ ਦੇ ਦਈਏ ਦੇਨ ਨੂੰ ਸਾਥ ਆਪਾਂ ਕਾਂਗਰਸ ਦਾ ਵੀ ਦੇ ਸਕਦੇ ਆ ਦੇਨ ਨੂੰ ਸਾਥ ਆਪਾਂ ਅਕਾਲੀ ਦਲ ਬਾਦਲ ਦਾ ਵੀ ਦੇ ਸਕਦੇ ਆ ਜਿਹੜੇ ਆਪਦੇ ਆਪ ਨੂੰ ਤਕੜੇ ਮੰਨਦੇ ਆ ਨਾ ਇੱਥੇ ਪਰ ਗੱਲ ਇਹ ਆ ਵੀ ਇਹਨਾਂ ਸਾਰਿਆਂ ਨੇ ਦਿੱਲੀ ਤੋਂ ਚੱਲਣਾ ਪਾਲਿਸੀਆਂ ਇਹਨਾਂ ਦੀਆਂ ਦਿੱਲੀ ਤੋਂ ਘੜੀਆਂ ਜਾਣੀਆਂ ਸਾਡੇ ਹੱਥ ਜਿੰਨੀ ਕੁ ਖੁਦਮੁਖਤਿਆਰੀ ਬਚੀ ਆ ਉਹ ਵੀ ਸਾਡੇ ਤੋਂ ਲੈ ਜਾਣਗੇ ਸੋ ਜੇ ਸਾਡੇ ਤੋਂ ਸਾਡੀ ਰਹਿਨ ਖੂੰਦ ਜਿਹੜੀ ਇੱਕ ਲੰਗੜੀ ਫੌਜਦਾਰੀ ਪਿੱਛੇ ਇਹ ਸਾਨੂੰ ਇੰਨਾ ਵਰਗਲਾਉਂਦੇ ਆ ਮੈਨੂੰ ਪਲੇਟ ਕਰਦੇ ਆ ਝੂਠ ਬੋਲਦੇ ਆ ਇਹ ਸਾਡੇ ਨਾਲ ਜੇ ਅਸੀਂ ਹਜੇ ਵੀ ਨਾ ਗੱਲਾਂ ਨੂੰ ਸਮਝੇ ਫੇਰ ਲੜਾਈ ਹੁਣ ਤੱਕ ਘਰਾਂ ਚ ਵੜ ਚੁੱਕੀ ਆ ਫਿਰ ਇਸ ਤੋਂ ਬਾਅਦ ਅਸੀਂ ਲੜਨ ਵਾਲੀ ਹਾਲਤ ਚ ਵੀ ਨਹੀਂ ਰਹਿਣਾ ਜਿਸ ਤਰ੍ਹਾਂ ਸਿੱਧੂ ਸਾਹਿਬ ਤੁਸੀਂ ਕਿਹਾ ਵੀ ਜ਼ਮੀਰ ਦੀ ਆਵਾਜ਼ ਨੂੰ ਸੁਣਦੇ ਹੋਏ ਤੁਸੀਂ ਮਾਨ ਸਾਹਿਬ ਦਾ ਸਾਥ ਦੇਣ ਦਾ ਜਿਹੜਾ ਫੈਸਲਾ ਲਿਆ ਮੈਂ ਖੁਦ 26 ਜਨਵਰੀ ਜਿਹੜੀ ਬਹੁਤ ਭਿਆਨਕ ਹੋ ਕੇ ਗੁਜ਼ਰੀ ਸੀ ਸਾਡੇ ਤੇ ਮੈਂ ਖੁਦ ਦਿੱਲੀ ਕਵਰੇਜ ਕਰ ਰਿਹਾ ਸੀ ਉਹਨਾਂ ਦਿਨਾਂ ਨੂੰ ਕਿਸਾਨੀ ਸੰਘਰਸ਼ ਚੱਲਦਾ ਸੀ ਉਸ ਸਮੇਂ ਦੀਪ ਸਿੱਧੂ ਤੇ ਬਹੁਤ ਇਲਜ਼ਾਮ ਲੱਗੇ ਗਦਾਰ ਹੈ ਜੀ ਆਰਐਸਐਸ ਦਾ ਏਜੰਟ ਹੈ ਜੀ ਮੋਟਰਸਾਈਕਲ ਲੈ ਕੇ ਭੱਜ ਗਿਆ ਜੀ ਜਿਹੜੇ ਸਟੇਜਾਂ ਤੋਂ ਪ੍ਰਚਾਰ ਕਰਨ ਵਾਲੇ ਆਗੂ ਬਹੁਤ ਚੀਕਦੇ ਸੀ ਉਹਦੇ ਖਿਲਾਫ ਅੱਜ ਉਹਨਾਂ ਤੇ ਹੀ ਇਲਜ਼ਾਮ ਲੱਗ ਰਹੇ ਆ ਤੇ ਉਹ ਇੱਕ ਮਤਲਬ ਹਾਲਾਂਕਿ ਸਮੁੱਚੇ ਕਿਸਾਨਾਂ ਨੂੰ ਜਾਂ ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਚੱਲਣ ਦੀ ਬਜਾਏ ਆਪ ਨਿੱਧਰੀ ਚੱਲ ਪਏ ਉਹਨਾਂ ਬਾਰੇ ਹੁਣ ਤੁਸੀਂ ਕੀ ਸੋਚਦੇ ਹੋ ਬਾਈ ਉਸ ਵੇਲੇ ਬਾਈ ਜੀ ਉਹਨਾਂ ਕੋਲੇ ਨਾ ਸਟੇਜ ਸੀ ਸਟੇਜ 'ਤੇ ਉਹਨਾਂ ਨੇ ਜੋ ਝੂਠ ਸਿਰਜਣਾ ਸੀ ਉਹ ਸਿਰਜ ਹੀ ਗਏ ਆਪਣੇ ਕੋਲੇ ਕੋਈ ਸਟੇਜ ਹੈ ਨਹੀਂ ਸੀ ਸੋ ਆਪਾਂ ਆਪਦਾ ਪੁਆਇੰਟ ਨਹੀਂ ਰੱਖ ਸਕਦੇ ਸੀ ਫਿਰ ਜਦੋਂ ਲਾਲ ਖੀਲੇ ਨਿਸ਼ਾਨ ਸਾਹਿਬ ਸੰਗਤ ਨੇ ਚਲਾਇਆ ਉਸ ਤੋਂ ਬਾਅਦ ਮੈਂ ਮੋਰਚੇ 'ਚ ਆਇਆ ਮੋਰਚੇ 'ਚ ਆ ਕੇ ਮੈਂ ਲਾਈਵ ਕੀਤਾ ਮੋਰਚੇ ਦਾ ਉਦੋਂ ਤੱਕ ਮਾਹੌਲ ਇਹ ਸਿਰਜਦਾ ਸੀ ਵੀ ਦੀਪ ਸਿੱਧੂ ਇਸ ਮੋਰਚੇ ਦਾ ਸਭ ਤੋਂ ਵੱਡਾ ਗੜਾਂਗਾਰ ਆ ਦੀਪ ਸਿੱਧੂ ਇਸ ਮੋਰਚੇ ਦਾ ਗਦਾਰ ਆ ਤੇ ਸਾਰੀ ਸੰਗਤ ਉੱਥੇ ਜਿਹੜੀ ਬੈਠੀ ਦੇਖੋ ਮਾਨਸਿਕਤਾ ਕਿਵੇਂ ਸਿਰਜੀ ਜਾਂਦੀ ਆ ਉਹ ਮੇਰੇ ਪਿੱਛੇ ਪੈ ਗਏ ਲਿਟਰਲੀ 500 ਬੰਦਾ ਉਹ ਵੀਡੀਓ ਚ ਨਹੀਂ ਆਇਆ ਹਜੇ ਉੱਥੇ ਵੀ ਮੈਂ ਉਹਨਾਂ ਨੂੰ ਜਿਹੜੇ ਆਏ ਸੀ ਉਹਨਾਂ ਨੂੰ ਮੈਂ ਇੱਕ ਚੈਲੰਜ ਦੇ ਕੇ ਗਿਆ ਵੀ ਕੋਈ ਨਹੀਂ ਤੁਹਾਨੂੰ ਇਕੱਲੇ ਇਕੱਲੇ ਨੂੰ ਦੇਖਾਂਗੇ ਪਰ ਗੱਲ ਕੀ ਸਿਰਜੀ ਜਾਂਦੀ ਆ ਵੀ ਦੀਪ ਸਿੱਧੂ ਭੱਜ ਗਿਆ ਪਰ ਇਹ ਇਹ ਗੱਲਾਂ ਉਹ ਤੋਂ ਜਿਹੜੀਆਂ ਸਿਰਜੀਆਂ ਗਈਆਂ ਨਾਲ ਵੀ 26 ਜਨਵਰੀ ਨੂੰ ਜੋ ਕੁਝ ਹੋਇਆ ਉਹ ਤਾਂ ਮੋਰਚਾ ਉਹਦੇ ਨਾਲ ਹੇਟੇਰੀ ਹੋ ਗਿਆ ਮੋਰਚੇ ਨੂੰ ਢਾਲ ਲੱਗ ਗਈ ਹਾਲਾਂਕਿ ਗੱਲ ਉਲਟੀ ਕਰਨੀ ਚਾਹੀਦੀ ਸੀ ਲੜ ਸਰਕਾਰ ਨਾਲ ਰਹੇ ਸੀ 26 ਜਨਵਰੀ ਨੂੰ ਸਰਕਾਰ ਦੀ ਬੋਲੀ ਬੋਲਣ ਲੱਗੇ ਔਰ ਸਾਡੇ ਜਿਹੜੇ ਕਲਾਕਾਰ ਗਾਉਣ ਵਾਲੇ ਉਹਨਾਂ ਨੇ ਵੀ ਸਰਕਾਰ ਦੀ ਬੋਲੀ ਬੋਲੀ ਇਸ ਲਈ ਇੱਕ ਗੱਲ ਤੁਸੀਂ ਸਮਝ ਲਓ ਵੀ ਜਦੋਂ ਤੱਕ ਜਿਹੜੇ ਹੱਕਾਂ ਦੀ ਗੱਲ ਕਰਦੇ ਆ ਜਾਂ ਸਾਡੇ ਸਿੰਬਲਸ ਨੂੰ ਨਿਸ਼ਾਨ ਸਾਹਿਬ ਤੱਕ ਤਾਂ ਅੱਜ ਕਿਸ ਅੱਜ ਤੱਕ ਨਿਸ਼ਾਨ ਸਾਹਿਬ 'ਤੇ ਕਿਸੇ ਤੇ ਜ਼ੁਲਮ ਹੋਇਆ ਤਰੰਗੇ ਹੀਟ ਝੁਲਮ ਜ਼ਰੂਰ ਹੋਇਆ ਲੋਕਾਂ ਤੇ ਨਿਸ਼ਾਨ ਸਾਹਿਬ ਹੀਟ ਨਹੀਂ ਹੋਇਆ ਨਾਲ ਕਿਸਾਨੀ ਝੰਡਾ ਜਦੋਂ ਤੱਕ ਤੁਸੀਂ ਆਪਦੇ ਸਿੰਬਲਿਜ਼ਮ ਨੂੰ ਆਪਦੇ ਹੱਕਾਂ ਨੂੰ ਮੰਗਦੇ ਰਹੋਗੇ ਬੋਹਗੰਤੀ ਨੇ ਤੁਹਾਡੇ ਵਿਰੁੱਧ ਭੁਗਤਣਾ ਤੇ ਜਿਹੜੇ ਲੋਕ ਬੋਹਗੰਤੀ ਦੇ ਮਾਊਥਪੀਸ ਬਣਦੇ ਆ ਜਾਂ ਉਹਨਾਂ ਨਾਲ ਮਿਲ ਕੇ ਚੱਲਦੇ ਆ ਕ੍ਰਾਈਸਿਸ ਚ ਆ ਕੇ ਉਹਨਾਂ ਨੇ ਵੀ ਤੁਹਾਡੇ ਉਲਟ ਭੁਗਤਣਾ ਚੋਣਾ ਲੜਨ ਵਾਲੇ ਕਿਸਾਨ ਕਾਮਜਾਬ ਹੋ ਸਕਦੇ ਕਿ ਨਹੀਂ ਨਹੀਂ ਹੋ ਸਕਦੇ ਕਿਉਂਕਿ ਉਹ ਆਪਦੀ ਕ੍ਰੈਡੀਬਿਲਟੀ ਖੋ ਚੁੱਕੇ ਆ ਉਹ ਸਟੇਜਾਂ ਤੋਂ ਝੂਠ ਤਾਂ ਸਿਰ ਜੀ ਗਏ ਪਰ ਸਮਾਪੈ ਕੇ ਲੋਕਾਂ ਦੇ ਸੰਗਤ ਦੇ ਸਾਹਮਣੇ ਸੱਚ ਆ ਗਿਆ ਅੱਜ ਤੁਸੀਂ ਵੇਖ ਲਿਓ ਜਦੋਂ ਚੋਣਾਂ ਦੇ ਰਿਜ਼ਲਟ ਆਉਣੇ ਆ ਉਹਨਾਂ ਨੇ ਕਿਸਾਨ ਮੋਰਚੇ ਨੂੰ ਹੋਰ ਢਾਹ ਲਾ ਦੇਣੀ ਆ ਲੋਕਾਂ ਨੇ ਪਤਾ ਕੀ ਕਹਿਣਾ ਯਾਰ ਇਹ ਕਿਸਾਨ ਲੀਡਰਾਂ ਨਾਲ ਕੌਣ ਸੀ ਇਹਨਾਂ ਨਾਲ ਕੁਝ ਵੀ ਨਹੀਂ ਕੋਈ ਵੀ ਨਹੀਂ ਸੀ ਸੋ ਗੱਲ ਹਜੇ ਵੀ ਮੋਰਚੇ ਨੂੰ ਢਾਹ ਲਾ ਰਹੇ ਆ ਕੋਈ ਮੋਰਚਾ ਖਤਮ ਥੋੜੀ ਹੋ ਗਿਆ ਨਾ ਸਾਨੂੰ ਕੋਈ ਮੁੱਲ ਮਿਲੇ ਫਸਲਾਂ ਦੇ 750 ਜਾਨਾਂ ਗਈਆਂ ਕੁਰਬਾਨ ਹੋਈਆਂ ਉਹਨਾਂ ਦਾ ਕੋਈ ਸਾਨੂੰ ਥੋਂ ਪਤਾ ਲੱਗਿਆ ਕੁਝ ਉਹਨਾਂ ਨੂੰ ਲਖੀਮਪੁਰ ਖੀਰੀ ਜਿਹੜੇ ਕੇਸ ਪਏ ਸੀ ਸਾਡੇ ਸਾਡੇ ਬੰਦਿਆਂ ਤੇ ਉਹ ਵਾਪਸ ਹੋਏ ਜਿਹੜੇ ਸਾਡੇ ਤੇ ਕੇਸ ਪਏ ਸੀ ਵਾਪਸ ਹੋਏ ਹਜੇ ਵੀ ਤਰੀਕਾ ਭੁਗਤੀ ਜਾਂਨੇ ਆ ਸੀ ਕੁਝ ਨਹੀਂ ਹੋਇਆ ਸੋ ਮੋਰਚਾ ਤਾਂ ਥਾਂ ਹੀ ਉੱਥੇ ਖੜਾ ਨਾ ਆਪਣੇ ਸ਼ਹਿਰ ਤੁਹਾਡੀ ਜੋਰਾ 3 ਮੂਵੀ ਆ ਰਹੀ ਆ ਸਾਡੇ ਇਲਾਕੇ ਨਾਲ ਸੰਬੰਧਿਤ ਗੱਲ ਹੈ ਇਸ ਕਰਕੇ ਮੈਂ ਉਹ ਜਾਨਣਾ ਚਾਹੂਗਾ ਕਿ ਸਾਡੇ ਇਲਾਕੇ ਦਾ ਇੱਕ ਕਲਾਕਾਰ ਹੈ ਹੋਬੀ ਢਾਲੀਵਾਲ ਕਿ ਮੈਨੂੰ ਸੋਸ਼ਲ ਮੀਡੀਆ ਥਰੂ ਪਤਾ ਲੱਗਿਆ ਹੈ ਵੀ ਉਹਦੇ ਭਾਜਪਾ ਚ ਸ਼ਾਮਲ ਹੋਣ ਤੋਂ ਬਾਅਦ ਤੁਸੀਂ ਉਹਨੂੰ ਆਪਣੀ ਜਿਹੜੀ ਥੋੜੀ ਜੋਰਾ 3 ਮੂਵੀ ਆਉਣ ਵਾਲੀ ਸੀ ਉਹਦੇ ਤੋਂ ਤੁਸੀਂ ਬਾਹਰ ਕਰਤਾ ਬਾਹਰ ਕੀਤਾ ਗਿਆ ਅਗਰ ਕੀਤਾ ਗਿਆ ਤਾਂ ਕਿਉਂ ਕਰਤਾ ਕਿਉਂਕਿ ਉਹ ਵੀ ਮਤਲਬ 26 ਜਨਵਰੀ ਦੇ ਜੇ ਆਪਾਂ ਗੱਲ ਕਰੀਏ ਉਸ ਦਿਨ ਦੀ ਤਾਂ ਇੱਥੇ ਕਾਫੀ ਇਲਾਕੇ ਦੇ ਵਿੱਚ ਪ੍ਰਚਾਰ ਕਰਕੇ ਕਹਿ ਰਿਹਾ ਸੀ ਵੀ ਮੈਂ ਉੱਥੇ ਕਿਸਾਨਾਂ ਦਾ ਸਵਾਗਤ ਕਰਨ ਨੂੰ ਤਿਆਰ ਹਾਂ ਆਓ ਉੱਥੇ ਦਿੱਲੀ ਪਹੁੰਚੋ ਮੈਂ ਤੁਹਾਡਾ ਸਵਾਗਤ ਕਰੂੰਗਾ ਤੁਹਾਡੇ ਪੈਰਾਂ ਤੇਲ ਆਪਣੀਆਂ ਤਲੀਆਂ ਵਿਛਾਉਂਗਾ ਤੁਸੀਂ ਆਓ ਪਰ ਅੱਜ ਇੱਕ ਅਚਾਨਕ ਕਿਉਂ ਇੰਨਾ ਬਦਲਾਅ ਹੋ ਗਿਆ ਦੇਖੋ ਗੱਲ ਇਹ ਆ ਵੀ ਕਿਸਾਨੀ ਸੰਘਰਸ਼ ਦੇ ਦੌਰਾਨ ਇਵਨ ਸ਼ੰਭੂ ਮੋਰਚੇ 'ਚ ਹੌਬੀ ਬਾਈ ਆ ਕੇ ਗਏ ਸਾਰੇ ਕਿਸਾਨੀ ਸੰਘਰਸ਼ ਦੇ ਦੌਰਾਨ ਭਾਜਪੀ ਨੂੰ ਆਰਐਸਐਸ ਨੂੰ ਉਹਨਾਂ ਨੇ ਗਾਲਾਂ ਹੀ ਕੱਢੀਆਂ ਇੱਕ ਤਰ੍ਹਾਂ ਅੱਜ ਹੈਰਾਨੀ ਮੈਨੂੰ ਵੀ ਇਹ ਹੋਈ ਜਦੋਂ 올 ਆਫ ਅ ਸੱਡਨ ਮੈਂ ਇਹ ਖਬਰ ਦੇਖੀ ਤੇ ਉਸ ਤੋਂ ਬਾਅਦ ਖਬਰ ਦੇਖ ਕੇ ਸਾਰੀ ਜਿਹੜੀ ਫਿਲਮ ਦੀ ਟੀਮ ਸੀ ਜਿਹਦੇ ਸਦਾਰਾ ਮਰਦੀਪ ਸਿੰਘ ਗਿਲ ਡਾਇਰੈਕਟਰ ਆ ਅਸੀਂ ਆਪਸ 'ਚ ਗੱਲ ਕੀਤੀ ਗੱਲ ਇਹ ਸੀ ਵੀ ਹੁਣ ਇੱਕ ਪਾਸੇ ਤਾਂ ਜ਼ਮੀਰ ਆ ਇੱਕ ਪਾਸੇ ਕਮਾਈਆਂ ਕਮਾਈਆਂ ਕਰ ਲਾਂਗੇ ਥੋੜੇ ਬਹੁਤ ਆਪਦੇ ਆਪ ਨੂੰ ਨੁਕਸਾਨ ਦੇ ਥਾਣੀ ਦੀ ਵੀ ਅਸੀਂ ਨੰਗ ਜਾਾਂਗੇ ਪਰ ਜਮੀਰ ਅੱਜ ਇੱਥੇ ਆ ਕੇ ਅਸੀਂ ਕੰਪਰੋਮਾਈਜ਼ ਕਰਦੇ ਹਾਂ ਨਾ ਚਾਹੇ ਕੋਈ ਵੀ ਬੰਦਾ ਗੱਲ ਕੱਲੇ ਹੌਬੀ ਬਾਈ ਦੀ ਗੱਲ ਨਹੀਂ ਆ ਸਾਡਾ ਕੋਈ ਵੀ ਬੰਦਾ ਉਹਨਾਂ ਦੇ ਖੇਮੇ 'ਚ ਜਾ ਕੇ ਖੜਦਾ ਜਿਨ੍ਹਾਂ ਨੇ ਸਾਡੀਆਂ 700 ਜਾਨਾਂ ਲਈਆਂ ਫਿਰ ਜਮੀਰ ਕਿੱਥੇ ਰਹਿ ਗਈ ਸਾਡੇ ਕੋਲੇ ਫਿਰ ਕੱਲ ਨੂੰ ਤਾਂ ਬੜੇ ਹੋਰ ਸਮਝੌਤੇ ਵੀ ਹੋ ਸਕਦੇ ਹਨ ਸੋ ਸਾਨੂੰ ਜਦੋਂ ਅਸੀਂ ਇਹ ਕਹਿੰਨੇ ਆਂ ਵੀ ਲਕੀਰ ਖਿੱਚ ਕੇ ਆਪਾਂ ਤੋਂ ਰਹੇ ਆਂ ਤੇ ਫਿਰ ਲਕੀਰ ਖਿੱਚ ਕੇ ਤੁਰਨਾ ਪਊਗਾ ਮੇਰੀ ਇੱਕ ਫਿਲਮ ਤਾਂ ਜੋਰਾ ਰੀਲੋਡਡ ਕਿਉਂਕਿ ਉਹ ਪਹਿਲੇ ਪਾਰਟ ਚ ਹਾਲਾਕੇ ਮਰ ਗਏ ਸੀ ਪਰ ਰੀਲੋਡਡ ਚ ਉਹਨਾਂ ਦਾ ਪਾਰਟ ਉਹ ਪਹਿਲੇ ਪਾਰਟ ਵਾਲਾ ਹੀ ਵਾਪਸ ਆਉਣਾ ਸੀ ਉੱਥੋਂ ਤਾਂ ਪਾਸੇ ਕੀਤਾ ਇੱਕ ਹੋਰ ਸ਼ੂਟ ਹੋਈ ਪਈ ਆ ਦੇਸੀ ਜਿਹੜੀ 60 70% ਬਣੀ ਆ ਹੋਬੀ ਬਾਈ ਉਹਦੇ ਚ ਵੀ ਆ ਹੁਣ ਉਹਦਾ ਪਤਾ ਨਹੀਂ ਕੀ ਕਰਾਂਗੇ ਪਰ ਗੱਲ ਇਹ ਹੈ ਵੀ ਇੱਕ ਵਾਰੀ ਅਸੀਂ ਇਹ ਸੁਨੇਹਾ ਜ਼ਰੂਰ ਲਾਤਾ ਵੀ ਤੁਹਾਡਾ ਇਹ ਕਦਮ ਅਸੀਂ ਨਿੰਦਾ ਕਰਾਂਗੇ ਇਸ ਗੱਲ ਦੀ ਤੁਹਾਡੀ ਜਿਹੜੀ ਭਾਜਪੀ ਨਾਲ ਕੋਈ ਵੀ ਐਸੋਸੀਏਸ਼ਨ ਬਣਦੀ ਆ ਉਹਨੂੰ ਛੱਡੋ ਉਹਨੂੰ ਜਿੰਨਾ ਜਲਦੀ ਹੋ ਸਕਦਾ ਛੱਡੋ ਤੇ ਆਪਦੀ ਗਲਤੀ ਮੰਨੋ ਆਪਦੇ ਵਾਲੇ ਪਾਲੇ 'ਚ ਆ ਕੇ ਖੜ੍ਹਜੋ ਆਦਰਵਾਇਜ਼ ਇਹਨੂੰ ਮਾਫ ਨਹੀਂ ਕੀਤਾ ਜਾਊਗਾ ਬਹੁਤ ਬਹੁਤ ਧੰਨਵਾਦ ਦੀਪ ਸਿੱਧੂ ਜੀ ਇਹ ਸਾਡੇ ਦੀਪ ਸਿੱਧੂ ਜੀ ਸਿਕੇ ਜਿਹੜੇ ਸਿਮਰਜੀਤ ਸਿੰਘ ਮਾਨ ਦੇ ਪ੍ਰਚਾਰ ਲਈ ਪਿੰਡ ਝੱਲ ਪਹੁੰਚੇ ਹੋਏ ਸੀ ਤੇ ਬੜੀਆਂ ਬੇਬਾਕੀ ਦੇ ਨਾਲ ਉਹਨਾਂ ਨੇ ਜਿਹੜੀਆਂ ਬੀਤੀਆਂ ਹੋਈਆਂ ਗੱਲਾਂ ਨੇ ਉਹ ਦਸੀਆਂ ਮੈਂ ਸੁਖਜਿੰਦਰ ਸਿੰਘ ਝੱਲ ਅਜੀਤ ਵੈਬ ਟੀਵੀ ਦੇ ਲਈ ਅਮਰਗੜ੍ਹ ਤੋਂ ਸਹਿਯੋਗੀ ਸੁਖਵਿੰਦਰ ਸਿੰਘ ਘਟਵਾਲ ਦੇ ਨਾਲ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ ਫੇਸਬੁਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ ਇੰਨਾ ਹੀ ਨਹੀਂ ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁਕ ਪੇਜ ਅਜੀਤ ਸਮਾਚਾਰ ਹਿੰਦੀ YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰam ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿੱਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ ਤੁਹਾਡਾ ਆਪਣਾ ਭਰੋਸੇਯੋਗ ਚੈਨਲ ਤੁਹਾਡੀ ਆਪਣੀ ਆਵਾਜ਼ ਪੰਜਾਬ ਦੀ ਆਵਾਜ਼ ਅਜੀਤ